ਸਤਿ ਸ਼੍ਰੀ ਅਕਾਲ ਡੀ 5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਹਰਿਆਣੇ ਦੇ ਵਿੱਚ ਚੋਣਾਂ ਦਾ ਐਲਾਨ ਹੋ ਚੁੱਕਿਆ, ਜਿਸ ਤੋਂ ਬਾਅਦ ਸਾਰੀਆਂ ਸਿਆਸੀ ਧਿਰਾਂ ਨੇ ਪੂਰਾ ਜ਼ੋਰ ਲਗਾ ਦਿੱਤਾ ਹੈ। ਉਮੀਦਵਾਰਾਂ ਦੀਆਂ ਸੂਚੀਆਂ ਦਾ ਐਲਾਨ ਹੋ ਰਿਹਾ ਹੈ, ਕਿਹੜਾ ਉਮੀਦਵਾਰ ਕਿੱਥੋਂ ਚੋਣ ਲੜੇਗਾ ਇਹਦੇ ਉੱਤੇ ਚਰਚਾਵਾਂ ਛਿੜੀਆਂ ਨੇ। ਕਈ ਉਮੀਦਵਾਰਾਂ ਦਾ ਫੈਸਲਾ ਹੋ ਚੁੱਕਿਆ ਹੈ ਅਤੇ ਕੰਬਾਲਾ ਦੀ ਮੁਲਾਣਾ ਵਿਧਾਨ ਸਭਾ ਸੀਟ ਹੈ, ਉੱਥੋਂ BJP ਨੇ ਸੰਤੋਸ਼ ਸਾਰਵਾਨ ਨੂੰ ਟਿਕਟ ਦਿੱਤੀ ਹੈ, ਜਿਸ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ। ਚੋਣ ਕਮਿਸ਼ਨ ਨੂੰ ਅਤੇ ਮੁੱਖ ਚੋਣ ਅਧਿਕਾਰੀ ਹਰਿਆਣੇ ਵਾਲੇ ਨੂੰ ਕਾਂਗਰਸ ਨੇ ਸ਼ਿਕਾਇਤ ਕਰ ਦਿੱਤੀ ਹੈ। ਕਾਰਨ ਇਹ ਹੈ ਕਿ ਸੰਤੋਸ਼ ਸਾਰਵਾਨ ਦਾ ਪੁੱਤਰ ਕੁਰਕਸ਼ੇਤਰ ਦਾ ਡਿਪਟੀ ਕਮਿਸ਼ਨਰ ਹੈ ਸੁਸ਼ੀਲ ਸਾਰਵਾਨ, ਅਤੇ ਚੋਣ ਕਮਿਸ਼ਨ ਨੂੰ ਇਹ ਸ਼ਿਕਾਇਤ ਕੀਤੀ ਗਈ ਹੈ ਕਾਂਗਰਸ ਵੱਲੋਂ ਕਿ ਚੋਣਾਂ ਪ੍ਰਭਾਵਿਤ ਹੋ ਸਕਦੀਆਂ ਨੇ, ਵੋਟਿੰਗ ਪ੍ਰਭਾਵਿਤ ਹੋ ਸਕਦੀ ਹੈ, ਕਿਉਂਕਿ ਡਿਪਟੀ ਕਮਿਸ਼ਨਰ ਦੇ ਅਧੀਨ ਹੀ ਸਾਰਾ ਕੁਝ ਹੁੰਦਾ ਇੱਕ ਜ਼ਿਲ੍ਹੇ ਦਾ ਜਦੋਂ ਚੋਣਾਂ ਹੋਣ। ਤਾਂ ਕਹਿੰਦੇ ਜੀ ਮਾਤਾ ਚੋਣ ਲੜ ਰਹੀ ਹੋਵੇ, ਪੁੱਤਰ ਡਿਪਟੀ ਕਮਿਸ਼ਨਰ ਹੋਵੇ। ਕਾਰਨ ਇਹ ਹੈ ਕਿ ਅੰਬਾਲਾ ਦੇ ਨਾਲ ਹੀ ਕੁਰਕਸ਼ੇਤਰ ਦੀਆਂ ਹੱਦਾਂ ਲੱਗ ਜਾਂਦੀਆਂ ਨੇ, ਅਤੇ ਜਿਹੜਾ ਮੁਲਾਣਾ ਵਿਧਾਨ ਸਭਾ ਹਲਕਾ ਉਹ ਵੀ ਅੰਬਾਲਾ ਅਤੇ ਕੁਰਕਸ਼ੇਤਰ ਦੇ ਬਿਲਕੁਲ ਵਿੱਚ ਵਿਚਾਲੇ ਜੇ ਪੈਂਦਾ, ਇਸ ਕਰਕੇ ਸਵਾਲ ਖੜ੍ਹੇ ਹੋ ਗਏ ਨੇ। ਅਤੇ ਇਹ ਵੀ ਚਰਚਾ ਛੇੜ ਦਿੱਤੀ ਹੈ ਕਾਂਗਰਸ ਨੇ ਕਿ ਪ੍ਰੈਸ਼ਰਾਈਜ਼ ਵੀ ਕੀਤਾ ਜਾ ਰਿਹਾ ਵੋਟਰਾਂ ਨੂੰ ਕਿ ਵੱਧ ਤੋਂ ਵੱਧ ਵੋਟਾਂ BJP ਨੂੰ ਪਾਉਣੀਆਂ ਨੇ। ਸੋ ਅਜਿਹੀ ਸ਼ਿਕਾਇਤ ਆ ਜਿਹੜੀ ਕਾਂਗਰਸ ਵੱਲੋਂ ਕਰ ਦਿੱਤੀ ਗਈ ਹੈ ਚੋਣ ਕਮਿਸ਼ਨ ਨੂੰ। ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜਦੇ ਹੀ ਸਾਰੀਆਂ ਧਿਰਾਂ ਦੇ ਵਿੱਚ ਫੇਰਬਦਲ ਹੋਣੇ ਸ਼ੁਰੂ ਹੋ ਗਏ ਸੀਗੇ। JJP ਨੂੰ ਲਗਾਤਾਰ ਝਟਕੇ ਲੱਗੇ, BJP ਦੇ ਵਿੱਚ ਵੀ ਨਾਰਾਜ਼ਗੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਕਈ ਨਵਿਆਂ ਨੂੰ ਟਿਕਟ ਮਿਲੀ ਹੈ, ਕਈਆਂ ਦੀ ਟਿਕਟ ਕੱਟੀ ਗਈ ਹੈ, ਅਤੇ BJP ਨੇ ਕਾਫੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕੁੱਲ ਮਿਲਾ ਕੇ ਉਹਨਾਂ ਦੇ ਕੁਝ ਕੁ 23-24 ਉਮੀਦਵਾਰ ਹੀ ਬਾਕੀ ਨੇ ਜਿਨ੍ਹਾਂ ਦਾ ਐਲਾਨ ਹੋਣਾ ਬਾਕੀ ਹੈ, ਅਤੇ 67 ਦੇ ਕਰੀਬ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਚੋਣ ਮੈਦਾਨ 'ਚ ਉਤਾਰ ਦਿੱਤੇ ਨੇ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਦਰਮਿਆਨ ਸਮਝੌਤੇ ਦੀ ਗੱਲ ਚੱਲ ਰਹੀ ਹੈ, ਤਾਂ ਉਹ ਅਜੇ ਸਿਰੇ ਨਹੀਂ ਚੜ੍ਹ ਸਕੀ। ਕੁੱਲ ਮਿਲਾ ਕੇ ਸਿਆਸੀ ਸਮੀਕਰਨ ਤੇਜ਼ੀ ਦੇ ਨਾਲ ਬਦਲ ਰਹੇ ਨੇ ਹਰਿਆਣਾ ਦੇ। ਹਰਿਆਣਾ ਦੇ ਵਿੱਚ ਖੱਟੜ ਸਰਕਾਰ ਸੀਗੀ ਤਾਂ JJP ਦਾ ਸਮਰਥਨ ਸੀ, ਸਮਰਥਨ ਵਾਪਸ ਹੋਇਆ ਤਾਂ ਉਸ ਤੋਂ ਬਾਅਦ ਦੇ ਵਿੱਚ ਵੱਖਰੇ ਤੌਰ ਦੇ ਉੱਤੇ BJP ਨੇ ਆਪਣੀ ਨਵੀਂ ਸਰਕਾਰ ਬਣਾ ਲਈ। ਹਾਲਾਂਕਿ ਸਮਾਂ 6 ਮਹੀਨਿਆਂ ਦਾ ਮਿਲਿਆ ਨਵੀਂ ਸਰਕਾਰ ਨੂੰ, ਨਾਇਬ ਸੈਣੀ ਖੱਟੜ ਸਾਹਿਬ ਦੀ ਥਾਂ ਦੇ ਉੱਤੇ ਮੁੱਖ ਮੰਤਰੀ ਬਣ ਗਏ। ਕਈ ਜਿਹੜੇ ਵੱਡੇ ਸੀਨੀਅਰ ਲੀਡਰ ਸੀ, ਮੰਤਰੀ ਸੀਗੇ, ਉਹਨਾਂ ਤੋਂ ਮੰਤਰੀਆਂ ਦੇ ਅਹੁਦੇ ਵਾਪਸ ਲੈ ਗਏ, ਅਤੇ ਹੁਣ ਵੀ ਕਈ ਅਜਿਹੇ ਲੀਡਰ ਨੇ ਜਿਨ੍ਹਾਂ ਨੇ ਕਈ ਝਟਕੇ ਦਿੱਤੇ ਨੇ ਭਾਜਪਾ ਨੂੰ। ਇੱਕ ਰਣਜੀਤ ਚੌਟਾਲਾ ਨੇ, ਬਿਜਲੀ ਮੰਤਰੀ ਨੇ, ਉਹਨਾਂ ਨੇ ਵੀ BJP ਨੂੰ ਅਲਵਿਦਾ ਕਹਿ ਦਿੱਤਾ ਹੈ। ਸੋ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਨੇ ਹਰਿਆਣਾ ਦੇ ਵਿੱਚ, ਕਿਉਂਕਿ ਚੋਣਾਂ ਤੋਂ ਪਹਿਲਾਂ ਅਜਿਹਾ ਹੋਣਾ ਕਾਫੀ ਕੁਝ ਸੁਭਾਵਿਕ ਹੁੰਦਾ ਹੈ। ਅਤੇ ਹੁਣ ਜਿਹੜੀ ਇਹ ਚਰਚਾ ਨਵੀਂ ਛਿੜ ਗਈ ਹੈ, ਡਿਪਟੀ ਕਮਿਸ਼ਨਰ ਦੀ ਮਾਤਾ ਸੰਤੋਸ਼ ਸਾਰਵਾਨ ਨੂੰ ਟਿਕਟ ਦਿੱਤੀ ਗਈ ਹੈ, ਤਾਂ ਉਹਨਾਂ ਨੇ ਹੁਣ ਕਾਂਗਰਸ ਨੇ ਸਿੱਧੀ ਮੰਗ ਰੱਖੀ ਹੈ ਕਿ ਡਿਪਟੀ ਕਮਿਸ਼ਨਰ ਦੀ ਬਦਲੀ ਕੀਤੀ ਜਾਵੇ, ਕੁਰਕਸ਼ੇਤਰ ਦੇ ਡਿਪਟੀ ਕਮਿਸ਼ਨਰ ਨੂੰ ਬਦਲ ਕੇ ਕਿਤੇ ਹੋਰ ਭੇਜਿਆ ਜਾਵੇ ਤਾਂ ਜੋ ਚੋਣਾਂ ਪ੍ਰਭਾਵਿਤ ਨਾ ਹੋ ਸਕਣ। ਅਤੇ ਕੱਲ੍ਹ ਵੀ ਇੱਕ ਲੀਡਰ ਨੂੰ ਟਿਕਟ ਦਿੱਤੀ ਗਈ ਹੈ, ਹਾਲਾਂਕਿ ਉਹ ਪੁਲਿਸ ਅਧਿਕਾਰੀ ਸੀਗੇ, ਜੇਲ੍ਹ ਸੁਪਰਡੈਂਟ ਰਹਿ ਚੁੱਕੇ ਨੇ ਸੁਨੀਲ ਸਾਂਗਵਾਨ, ਉਹਨਾਂ ਨੂੰ ਵੀ ਭਾਜਪਾ ਨੇ ਟਿਕਟ ਦਿੱਤੀ ਹੈ ਦਾਦਰੀ ਤੋਂ, ਅਤੇ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ। ਉਹਨਾਂ ਨੇ ਵੀ VRS ਲੈ ਲਈ ਸੀ ਸਮੇਂ ਤੋਂ ਪਹਿਲਾਂ, ਉਹਨਾਂ ਨੇ ਸੇਵਾ ਮੁਕਤੀ ਲੈ ਲਈ ਸੀ, ਅਤੇ ਭਾਜਪਾ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਹੈ। ਉਹਨਾਂ ਦਾ ਸੰਬੰਧ ਵੀ ਰਾਮ ਰਹੀਮ ਦੇ ਨਾਲ ਜੁੜਦਾ ਹੋਇਆ ਨਜ਼ਰ ਆ ਰਿਹਾ। ਮੀਡੀਆ ਰਿਪੋਰਟਾਂ ਦੇ ਮੁਤਾਬਕ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਦੇਣ ਵਾਸਤੇ ਸਿਫਾਰਿਸ਼ 6 ਵਾਰ ਸੁਨੀਲ ਸਾਂਗਵਾਨ ਨੇ ਹੀ ਕੀਤੀ ਸੀ ਜਦੋਂ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਸੁਪਰਡੈਂਟ ਸੀਗੇ। ਸੋ ਅਜਿਹੇ ਜਿਹੜੇ ਫੇਰਬਦਲ ਨੇ ਉਹ ਹਰਿਆਣਾ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ। ਵੈਸੇ ਨਤੀਜਿਆਂ ਦੇ ਦੌਰਾਨ ਹੀ ਪਤਾ ਲੱਗੇਗਾ ਕਿ ਕਿਹੜੀ ਧਿਰ ਜਿੱਤਦੀ ਹੈ, ਕਿਹੜੀ ਹਾਰਦੀ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਡਿਪਟੀ ਕਮਿਸ਼ਨਰ ਦੀ ਮਾਂ ਨੂੰ ਟਿਕਟ ਦੇਣ ਦਾ ਮਾਮਲਾ ਕਿੰਨੇ ਕੁ ਹੱਲ ਹੁੰਦਾ ਹੈ, ਕੀ ਉਸ ਡਿਪਟੀ ਕਮਿਸ਼ਨਰ ਦੀ ਬਦਲੀ ਕੀਤੀ ਜਾਂਦੀ ਹੈ ਜਾਂ ਫਿਰ ਕੋਈ ਹੋਰ ਰਾਹ ਲੱਭਿਆ ਜਾਂਦਾ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ,
ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ 'ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ, ਕਿਹਦੇ 'ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ 'ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ। D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।